ਤਸਵੀਰਾਂ ਦੇ ਵਿੱਚ ਇਹ ਜੋ ਮੰਦਿਰ ਤੁਸੀਂ ਦੇਖ ਰਹੇ ਹੋ, ਇਹ ਹੈ ਤਾਂ ਰਾਮ ਮੰਦਿਰ, ਪਰ ਇਹ ਅਯੋਧਿਆ ਵਾਲਾ ਰਾਮ ਮੰਦਿਰ ਨਹੀਂ ਹੈ, ਬਲਕਿ ਕਿਸੇ ਹੋਰ ਥਾਂ ਤੇ ਹੂਬਹੂ ਅਯੋਧਿਆ ਵਾਲੇ ਰਾਮ ਮੰਦਿਰ ਦੀ ਤਰ੍ਹਾਂ ਦਿਖਣ ਵਾਲਾ ਹੀ ਰਾਮ ਮੰਦਿਰ ਤਿਆਰ ਹੋ ਰਿਹਾ ਹੈ। ਇਸ ਨੂੰ ਦੇਖ ਕੇ ਕਈਆਂ ਨੂੰ ਭੁਲੇਖਾ ਪੈਂਦਾ ਹੈ। ਦੱਸ ਦਈਏ ਕਿ ਅਯੋਧਿਆ 'ਚ ਹੀ ਬਣ ਰਹੇ ਰਾਮ ਮੰਦਿਰ ਦੀ ਤਰਜ ਤੇ ਇਹ ਸ਼੍ਰੀ ਰਾਮ ਮੰਦਿਰ ਤਿਆਰ ਹੋ ਰਿਹਾ ਹੈ, ਜਿਸ ਦੀ ਖਾਸ ਗੱਲ ਇਹ ਹੈ ਕਿ ਮੰਦਿਰ ਦੇ ਵਿੱਚ ਨਾ ਤਾਂ ਕਿਸੇ ਲੋਹੇ ਦੀ ਵਰਤੋਂ ਕੀਤੀ ਗਈ ਹੈ ਤੇ ਨਾ ਹੀ ਕਿਸੇ ਸਰੀਏ ਦੀ, ਬਲਕਿ ਇਹ ਸਿਰਫ ਪੱਥਰਾਂ ਦੇ ਨਾਲ ਹੀ ਮੰਦਿਰ ਤਿਆਰ ਕੀਤਾ ਜਾ ਰਿਹਾ ਹੈ। ਇੰਨਾ ਮਜ਼ਬੂਤ ਮੰਦਿਰ ਬਣ ਰਿਹਾ ਹੈ ਜਿਸ ਦੀ ਮਿਆਦ 1000 ਸਾਲ ਦੱਸੀ ਜਾ ਰਹੀ ਹੈ। ਇੱਥੇ ਵੀ ਦੱਸ ਦਈਏ ਕਿ ਇਸ ਮੰਦਿਰ ਦਾ ਨਿਰਮਾਣ ਅਯੋਧਿਆ ਦੇ ਰਾਮ ਮੰਦਿਰ ਤੋਂ ਪਹਿਲਾਂ ਤੋਂ ਹੋ ਰਿਹਾ ਹੈ। ਪਿਛਲੇ 5 ਸਾਲ ਤੋਂ ਇਸ ਮੰਦਿਰ ਦਾ ਨਿਰਮਾਣ ਚੱਲ ਰਿਹਾ ਹੈ, ਜੋ ਅਗਲੇ 6 ਮਹੀਨਿਆਂ ਦੇ ਵਿੱਚ ਪੂਰਾ ਹੋਣ ਵਾਲਾ ਹੈ। ਇਸ ਮੰਦਿਰ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਦਿੱਖ ਤਾਂ ਅਯੋਧਿਆ ਦੇ ਰਾਮ ਮੰਦਿਰ ਵਰਗੀ ਹੈ ਹੀ ਹੈ, ਪਰ ਇਸ ਦੇ ਵਿੱਚ ਮੂਰਤੀਆਂ ਜੈਪੁਰ ਤੋਂ ਆਉਣਗੀਆਂ ਅਤੇ ਇਹ ਸਾਰਾ ਮੰਦਿਰ ਪੱਥਰਾਂ ਦੇ ਨਾਲ ਹੀ ਤਿਆਰ ਕੀਤਾ ਗਿਆ ਹੈ, ਜੋ ਰਾਜਸਥਾਨ ਤੋਂ ਮੰਗਵਾਏ ਗਏ ਨੇ। ਰਾਜਸਥਾਨ ਦੇ ਆਰਕੀਟੈਕਟ ਵੱਲੋਂ ਹੀ ਇਸ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਰਾਮ ਮੰਦਿਰ ਦੇ ਵਿੱਚ ਮੇਲ ਫੀਮੇਲ ਜੁਆਇੰਟ ਕਰਕੇ ਇੱਕ ਲੋਕ ਹੈ ਜਿਸ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਮੰਦਿਰ ਦੀ ਮਜ਼ਬੂਤੀ ਹੋਰ ਵੀ ਵੱਧ ਜਾਂਦੀ ਹੈ। ਇਸ ਮੰਦਿਰ ਦੇ ਟਰਸਟੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮੰਦਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੋਹਾ ਨਹੀਂ ਵਰਤਿਆ ਗਿਆ ਹੈ, ਬਲਕਿ ਸਿਰਫ ਪੱਥਰਾਂ ਦੇ ਨਾਲ ਹੀ ਇਸ ਨੂੰ ਤਿਆਰ ਕੀਤਾ ਜਾ ਰਿਹਾ ਹੈ। ਮੰਦਿਰ ਦੇ ਵਿੱਚ 31 ਹਵਨ ਕੁੰਡ ਬਣਾਏ ਗਏ ਨੇ। ਅਯੋਧਿਆ ਵਿਖੇ ਰਾਮ ਮੰਦਿਰ ਨੂੰ ਲੈ ਕੇ ਇੱਥੇ ਵੀ ਹਵਨ ਕਰਵਾਏ ਜਾਣਗੇ। 17 ਤਰੀਕ ਤੋਂ ਇੱਥੇ ਹਵਨ ਕੁੰਡ ਦੀ ਸ਼ੁਰੂਆਤ ਵੀ ਹੋ ਰਹੀ ਹੈ ਤੇ 101 ਘੰਟੇ ਤੱਕ ਇੱਥੇ ਮਹਾਯੱਗ ਚੱਲਣਗੇ। ਇਸ ਤੋਂ ਇਲਾਵਾ ਅਯੋਧਿਆ ਦੀ ਧਰਤੀ ਤੋਂ ਮਿੱਟੀ ਲਿਆਂਦੀ ਜਾ ਰਹੀ ਹੈ, ਜੋ ਕਿ ਇੱਥੇ ਮੰਦਿਰ 'ਚ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਤਿਲਕ ਲਗਾਇਆ ਜਾਏਗਾ। ਇਸ ਤੋਂ ਇਲਾਵਾ ਸੀਤਾ ਮਾਤਾ ਦੇ ਪੇਕੇ ਜਨਕਪੁਰੀ ਤੋਂ ਚਰਨ ਅੰਮ੍ਰਿਤ ਲਿਆਂਦਾ ਜਾਏਗਾ। ਇਸੇ ਮੰਦਿਰ ਦੇ ਵਿੱਚ ਰਾਮ ਸੇਤੂ ਤੋਂ ਪੱਥਰ ਲਿਆ ਕੇ ਸਥਾਪਿਤ ਕੀਤਾ ਜਾਏਗਾ, ਜਿਸ ਦੇ ਦਰਸ਼ਨ ਰਾਮ ਭਗਤ ਕਰ ਸਕਣਗੇ। ਜਿਹੜੇ ਸ਼ਰਧਾਲੂ ਅਯੋਧਿਆ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਨਹੀਂ ਕਰਨ ਜਾ ਸਕਦੇ, ਉਹ ਇੱਥੇ ਆ ਕੇ ਦਰਸ਼ਨ ਕਰਨਗੇ ਤਾਂ ਉਹਨਾਂ ਨੂੰ ਇਹੀ ਅਹਿਸਾਸ ਹੋਏਗਾ ਕਿ ਉਹ ਅਯੋਧਿਆ ਨਗਰੀ 'ਚ ਖੜੇ ਨੇ ਤੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰ ਰਹੇ ਨੇ। ਹੁਣ ਤੁਹਾਨੂੰ ਇਹ ਦੱਸ ਦਈਏ ਕਿ ਇਹ ਮੰਦਿਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਬਣ ਰਿਹਾ ਹੈ। ਹਾਲਾਂਕਿ ਇਹ ਮੰਦਿਰ ਅਜੇ ਤਿਆਰ ਹੋ ਰਿਹਾ ਹੈ, ਅਗਲੇ 6 ਮਹੀਨਿਆਂ ਤੱਕ ਇਸ ਦਾ ਕੰਮ ਪੂਰਾ ਹੋ ਜਾਏਗਾ। ਮੰਦਿਰ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ ਤਾਂ ਫਿਰ ਇਸ ਮੰਦਿਰ 'ਚ ਖੜੇ ਹੋ ਕੇ ਇਹੀ ਭੁਲੇਖਾ ਰਹੇਗਾ ਕਿ ਤੁਸੀਂ ਅਯੋਧਿਆ ਖੜੇ ਹੋ। ਜਿਹੜਾ ਸਾਡੇ ਇਸ ਗਊਸ਼ਾਲਾ 'ਚ ਤਿਆਰ ਹੋ ਰਿਹਾ ਜੀ, ਇਹਨੂੰ 5 ਸਾਲ ਹੋ ਗਏ ਬੰਦੇ ਨੂੰ, ਹੋ ਸਕਦਾ 6 ਮਹੀਨੇ 'ਚ ਅਗਲੇ 'ਚ ਤਿਆਰ ਹੋ ਜਾਏਗਾ। ਔਰ ਇਹ ਨਾਗਰ ਸ਼ੈਲੀ ਦੇ ਹਿਸਾਬ ਨਾਲ ਬਣ ਰਿਹਾ, ਪ੍ਰਾਚੀਨ ਨਾਗਰ ਸ਼ੈਲੀ ਹੈ, ਉਹਦੇ ਤਰੀਕੇ ਨਾਲ ਇਹ ਤਿਆਰ ਹੋ ਰਿਹਾ। ਉਸ ਇਹਦੇ 'ਚ ਕੋਈ ਵੀ ਲੋਹਾ ਯੂਜ ਨਹੀਂ ਕੀਤਾ ਗਿਆ ਅਤੇ ਇਹ ਮੇਲ ਫੀਮੇਲ ਲੋਕ ਸਿਸਟਮ ਦੇ ਨਾਲ ਬਣਾਇਆ ਗਿਆ ਹੈ। ਸਾਰੇ ਪਿੱਲਰ ਇੱਦਾਂ ਹੀ ਖੜ੍ਹੇ ਕੀਤੇ ਹੈ ਔਰ ਇਹਦੀ ਲਾਈਫ ਘੱਟੋ ਘੱਟ 1000 ਸਾਲ ਹੁੰਦੀ ਹੈ। ਇਹ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਅਤੇ ਸਾਰੇ 25-30 ਕਾਰੀਗਰਾਂ ਨੂੰ 5 ਸਾਲ ਹੋ ਗਏ ਲੱਗੇ ਨੂੰ, ਲਗਾਤਾਰ ਇਹ ਕੰਮ ਕਰ ਰਹੇ ਆ ਔਰ ਉੱਥੋਂ ਤਿਆਰ ਹੋ ਕੇ ਆ ਰਿਹਾ ਰਾਜਸਥਾਨ ਤੋਂ ਹੀ ਹੈ। ਸਰ ਕਹਿੰਦੇ ਬਿਲਕੁਲ ਵੀ ਸਰੀਆ ਇਹਦੇ 'ਚ ਜਿਹੜਾ ਵਰਤੇ ਨਹੀਂ ਗਿਆ, ਹਾਂ ਇਹਦੇ 'ਚ ਕੋਈ ਕਿਸੇ ਤਰੀਕੇ ਦਾ ਵੀ ਲੋਹਾ ਨਹੀਂ ਵਰਤਿਆ ਗਿਆ। ਤਦੀ ਇਹ ਲੋਕ ਸਿਸਟਮ ਜਿਹੜਾ ਮੇਲ ਫੀਮੇਲ ਕਹਿੰਦੇ ਆ ਨਾ ਜੀ, ਉਸ ਸਿਸਟਮ ਨਾਲ ਤਿਆਰ ਕੀਤਾ ਗਿਆ। ਸਰ ਕਿਹਾ ਜਾ ਸਕਦਾ ਰਾਮ ਮੰਦਿਰ ਦੀ ਤਰਜ ਤੇ ਲੁਧਿਆਣਾ ਦੇ ਵਿੱਚ ਰਾਮ ਮੰਦਿਰ ਜਿਹੜਾ ਬਣਨ ਜਾ ਰਿਹਾ ਤੇ ਲੁਧਿਆਣਾ ਵਾਸੀਆਂ ਨੂੰ 6 ਮਹੀਨਿਆਂ ਦੇ ਵਿੱਚ ਇੱਥੇ ਆ ਕੇ ਦਰਸ਼ਨ ਕਰ ਸਕਦੇ? ਇਹ ਜੀ ਰਾਮ ਮੰਦਿਰ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ, ਪਰ ਲੋਕੀ ਉਸ ਵਰਗਾ ਹੀ ਕਾਪੀ ਲੱਗਦੀ ਹੈ ਜੈਸੇ ਰਾਮ ਮੰਦਿਰ ਬਣਿਆ ਹੋਇਆ, ਲੋਕ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਪ੍ਰਭੂ ਕੇ। ਅਸੀਂ ਦੇਖਿਆ ਜੀ ਵੱਡੀ ਗਿਣਤੀ 'ਚ ਲੋਕ ਆਉਂਦੇ ਨੇ,
ਆਪਣੀਆਂ ਜਿਹੜੀਆਂ ਨੇ ਇੱਥੇ ਮੂਵੀ ਜਾਂ ਜਿਹੜੀਆਂ ਨੇ ਪਿਕਚਰਾਈਜੇਸ਼ਨ ਵਗੈਰਾ ਕਰਦੇ ਨੇ? ਉਹ ਅਸੀਂ ਹਾਂ, ਕਿਉਂਕਿ ਲੁੱਕ ਇਹਦੀ ਬਿਲਕੁਲ ਰਾਮ ਮੰਦਰ ਜੈਸੀ ਹੈ ਅਤੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਅਸੀਂ ਅਯੋਧਿਆ 'ਚ ਹੀ ਖੜ੍ਹੇ ਹਾਂ, ਕਿਉਂਕਿ ਇੱਥੇ ਗਊਸ਼ਾਲਾ ਵੀ ਹੈ, ਨਾਲ ਗਊਆਂ ਦਾ ਦਾਨ ਕਰਕੇ ਗਊਆਂ ਨੂੰ ਅਤੇ ਪੁੰਨ ਦੇ ਭਾਗੀ ਬਣਦੇ ਆ ਸਾਰੇ। ਸਰ ਸਰ ਇਸ ਤੋਂ ਇਲਾਵਾ ਨਾਲ ਅਗਰ ਗੱਲ ਕਰੀਏ ਤਾਂ ਇੱਥੇ ਹੁਣ 18 ਤਰੀਕ ਤੋਂ 22 ਤਰੀਕ ਤੱਕ ਰਾਮ ਮੰਦਰ ਦੇ ਉਪਲਕਸ਼ 'ਚ, ਕਿਉਂਕਿ 500 ਸਾਲ ਬਾਅਦ ਰਾਮ ਮੰਦਰ ਤਿਆਰ ਹੋ ਰਿਹਾ ਜਿਹੜਾ ਅਯੋਧਿਆ 'ਚ, ਉਹਦੇ ਕਾਰਨ ਇੱਥੇ ਅਸੀਂ ਹਵਨ ਕਰ ਰਹੇ ਹਾਂ। 31 ਕੁੰਡ ਬਣਾਏ ਆ ਜਿਹੜੇ ਕਿ 31 ਪਰਿਵਾਰ ਰੋਜ਼ ਨਵੇਂ ਇੱਥੇ ਹਵਨ ਕਰਨਗੇ, ਔਰ 1 ਕੁੰਡ 24 ਘੰਟੇ ਲਗਾਤਾਰ ਚੱਲਦਾ ਰਹੂਗਾ, ਜਿਹੜਾ ਕਿ 101 ਘੰਟੇ ਪੂਰਾ ਕਰੇਗਾ। ਉਹ ਬੜਾ ਕੁੰਡ ਹੋਏਗਾ ਸਭ ਤੋਂ। ਸਰ ਲੋਕਾਂ ਨੂੰ ਜਦੋਂ ਆਉਣਗੇ ਲੋਕ ਕਹਿੰਦੇ ਕਿ ਜਿਹੜੀ ਆ ਮਿੱਟੀ ਜਿਹੜੀ ਆ ਅਯੋਧਿਆ ਤੋਂ, ਇਹਦੀ ਮਿੱਟੀ ਜਿਹੜੀ ਆ ਨਾ ਰਾਜ ਕਹਿੰਦੇ ਉਹਨੂੰ, ਉਹ ਅਯੋਧਿਆ ਤੋਂ ਲਿਆਂਦੀ ਗਈ ਆ, ਔਰ ਇੱਥੇ ਜਿਹੜਾ ਪਾਣੀ ਹੈ ਲੈ ਕੇ ਆਉਂਦਾ ਵਾ ਉਦਨ ਚਰਨਾਮ ਦੇਵਾਂਗੇ, ਉਹ ਜਨਕਪੁਰੀ ਤੋਂ ਆ ਰਿਹਾ ਸੀਤਾ ਦੇ ਮਾਇਕੇ ਤੋਂ, ਔਰ ਇੱਥੇ ਪਹੁੰਚ ਚੁੱਕਾ ਵਾ ਰਾਮ ਸੇਤੂ ਵੀ। ਹਾਂ, ਇੱਕ ਸਾਡੇ ਇੱਥੇ ਨਾ ਜਿਹੜਾ ਰਾਮ ਸੇਤੂ ਤੋਂ ਇੱਕ ਪੱਥਰ ਲੈ ਕੇ ਆਉਂਦਾ ਵਾ, ਜਦੋਂ ਉਹਦੇ ਵੀ ਦਰਸ਼ਨ ਕਰਾਏ ਜਾਣਗੇ, ਜਿਹੜਾ ਤੈਰਦਾ ਰਹਿੰਦਾ ਪੱਥਰ ਪਾਣੀ 'ਚ ਡੁੱਬਦਾ ਨਹੀਂ। ਹਾਂ, ਇੱਥੇ ਜਿਹੜਾ ਮੰਦਰ ਬਣ ਰਿਹਾ ਉਹ 'ਚ ਇੱਕ ਹਰੀਹਰ ਭਗਵਾਨ ਕੀ ਮੂਰਤੀ ਸਥਾਪਨਾ ਹੋ ਰਹੀ ਹੈ, ਇੱਕ ਦੁਰਗਾ ਮਾਤਾ ਦੀ ਹੋਏਗੀ, ਇੱਕ ਸ਼ਿਵਲਿੰਗ ਦਾ ਸਥਾਪਨਾ ਹੋਏਗੀ। ਹਾਂ, ਜਿਹੜੀਆਂ ਮੂਰਤੀਆਂ ਹੈ ਜੈਪੁਰ ਬਣ ਰਹੀਆਂ ਵਾ, ਔਰ ਜਿਹੜੀ ਹਰੀਹਰ ਭਗਵਾਨ ਦੀ ਮੂਰਤੀ ਦੀ ਹਾਈਟ 7 ਫੁੱਟ ਹੈ, ਅਤੇ ਜਿਹੜਾ ਸ਼ਿਵਲਿੰਗ ਹੈ ਸੈਪਟਿਕ ਇੱਕ ਸਟੋਨ ਹੁੰਦਾ ਉਹਦਾ ਬਣ ਰਿਹਾ, ਟਰਾਂਸਪੇਰੈਂਟ ਹੁੰਦਾ ਬਿਲਕੁਲ, ਬੜਾ ਰੇਅਰ ਮਿਲਦਾ। ਲੱਗਦਾ ਕਿ ਜਿਹੜੇ ਲੋਕ ਅਯੋਧਿਆ ਨਹੀਂ ਜਾ ਪਾਉਣਗੇ ਉਦਘਾਟਨ ਦੇ ਸਮੇਂ, ਉਹਨਾਂ ਲੋਕ ਹਾਂ ਜਿਹੜੇ ਲੋਕ ਅਯੋਧਿਆ ਨਹੀਂ ਜਾ ਸਕਦੇ, ਜਿੱਦਾਂ ਕਿ ਅਸੀਂ ਵੀ ਨਹੀਂ ਜਾ ਸਕਦੇ, ਅਸੀਂ ਇੱਥੇ ਹੀ ਹਵਨ ਕਰਕੇ ਪ੍ਰਭੂ ਨੂੰ ਯਾਦ ਕਰ ਰਹੇ ਹਾਂ, ਤਾਂ ਕਿ ਇਹਦੀ ਖੁਸ਼ੀ ਮਨਾਵਾਂਗੇ ਇੱਥੇ। ਸਰ ਸ਼ਿਵਲਿੰਗ ਕਿੰਨੇ ਫੁੱਟ ਦਾ ਹੋਵੇਗਾ? ਸ਼ਿਵਲਿੰਗ ਹੁਣ ਇਸ 'ਤੇ ਮਿਲਣ 'ਤੇ ਡਿਪੈਂਡ ਕਰਦਾ ਵਾ ਵੀ ਕਿੰਨੇ ਫੁੱਟ ਦਾ ਹੋਊਗਾ, ਪਰ ਬੜਾ ਸਾਈਜ਼ ਹੀ ਹੋਏਗਾ, ਅੱਛਾ ਸਾਈਜ਼ ਹੋਏਗਾ, ਟਰਾਂਸਪੇਰੈਂਟ ਹੁੰਦਾ ਬਿਲਕੁਲ, ਇੱਕਦਮ ਸ਼ੀਸ਼ੇ ਦੀ ਤਰ੍ਹਾਂ ਲੁੱਕ ਦਿੰਦਾ।